ਲੋਕ ਮੁੱਦੇ ਲੈ ਕੇ ਆਏ ਆ। ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਅੰਦਰ ਫੇਲ ਹੋ ਚੁੱਕੀ, ਅੱਜ ਪੁੱਛਾਂਗੇ, ਅੱਜ ਤਾਂ ਚਲੋ ਸ਼ਰਧਾਂਜਲੀ ਹੈ। ਜਿਹੜੇ ਲੋਕ ਮੁੱਦੇ ਨੇ ਅੱਜ ਪੰਜਾਬ ਦੇ ਅੰਦਰ, ਲਾਅ ਐਂਡ ਆਰਡਰ ਕਿੱਥੇ ਹੈ? ਪੰਜਾਬ ਦੇ ਅੰਦਰ ਗੈਂਗਸਟਰਾਂ ਦੀਆਂ ਸਰਕਾਰ ਜਿਹੜੀ ਹੈ ਉਹ ਜੇਲ੍ਹਾਂ ਦੇ ਅੰਦਰ ਇੰਟਰਵਿਊਆਂ ਕਰਵਾ ਰਹੀ ਹੈ। ਔਰ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜੇ ਇਹਨਾਂ ਨੂੰ ਇੰਨਾ ਖਤਰਾ ਹੈ ਤਾਂ ਮੁਰਗੀ ਖਾਨੇ ਖੋਲਣ। ਅੱਜ ਭਗਵੰਤ ਮਾਨ ਨੂੰ ਬੁਲਟ ਪਰੂਫ ਸ਼ੀਸ਼ਿਆਂ ਦੇ ਅੰਦਰ ਖੜ ਕੇ ਭਾਸ਼ਣ ਫਿਰ ਕਿਉਂ ਦੇਣਾ ਪੈ ਰਿਹਾ? ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ, ਹਸਪਤਾਲਾਂ ਦੇ ਐਜੂਕੇਸ਼ਨ ਦਾ ਸਿਸਟਮ ਤਬਾਹ ਹੋ ਚੁੱਕਾ ਹੈ। ਅੱਜ ਜਿਹੜਾ ਪੰਜਾਬ ਦੇ ਅੰਦਰ ਲੋਕ ਨੇ ਉਹ ਦੁਖੀ ਨੇ, ਇਸ ਕਰਕੇ ਭਗਵੰਤ ਮਾਨ ਨੂੰ ਪੁੱਛਾਂਗੇ। ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਭਗਵੰਤ ਮਾਨ ਦੱਸੇ ਕਿ ਕਿਹੜੇ ਜ਼ਿਲ੍ਹੇ ਨੂੰ 5,000 ਤੱਕ ਜਾਂ 10,000 ਰੁਪਇਆ ਤੱਕ ਵੀ ਇਹਨੇ ਦਿੱਤਾ, ਕਿ 5 ਪੈਸੇ ਤਾਂ ਦਿੱਤੇ ਨਹੀਂ। ਸਰਕਾਰ ਦਾਵਾ ਕਰਦੀ ਹੈ ਕਿ ਦੇਖੋ 1,000 ਨੌਕਰੀਆਂ ਦੇ ਦਿੱਤੀਆਂ, ਉਹ ਕਹਿੰਦੇ ਨੇ ਕਿ ਨਵੀਂ ਨਹਿਰ ਦੀ ਵੀ ਤਿਆਰੀ ਹੈ, ਉਹ ਕਹਿੰਦੇ ਨੇ ਕਿ ਲੋਕਾਂ ਦੇ ਲਈ ਕੰਮ ਹੋ ਰਿਹਾ, ਉਹ ਕਹਿੰਦੇ ਪਹਿਲੀ ਵਾਰੀ ਹੋ ਰਿਹਾ। ਇਹ ਸਿਰਫ ਧਿਆਨ ਭਟਕਾਉਣ ਦੇ ਲਈ ਹੈ। ਭਗਵੰਤ ਮਾਨ ਜੀ ਨੂੰ ਪਿਛਲੇ ਸੈਸ਼ਨ ਚ ਪੁੱਛਿਆ ਸੀ ਵੀ ਨੌਕਰੀਆਂ ਦੀ ਲਿਸਟ ਤਾਂ ਜਾਰੀ ਕਰੋ, ਤੁਸੀਂ ਤਨਖਾਹ ਦਾ 15,000 ਦੇ ਰਹੇ ਹੋ, ਪੈਨਸ਼ਨਾਂ ਦਾ ਪੈਸਾ ਫਿਰ ਉਹਦੇ ਪਿਤਾ ਜੀ ਜਿਸ ਤਰੀਕੇ ਦੇ ਨਾਲ ਰਿਟਾਇਰ ਹੋਏ ਸੀ ਨਾ, ਉਸ ਤਰੀਕੇ ਦੀਆਂ ਨੌਕਰੀਆਂ ਦੇਣ ਲੋਕਾਂ ਨੂੰ, ਤਾਂ ਪਤਾ ਲੱਗੇਗਾ ਕਿ ਇਹ ਨੌਕਰੀਆਂ ਮਿਲੀਆਂ ਨੇ। ਲੋਕ ਮੁੱਦੇ ਲੈ ਕੇ ਆਏ ਆ। ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਅੰਦਰ ਫੇਲ ਹੋ ਚੁੱਕੀ, ਅੱਜ ਪੁੱਛਾਂਗੇ, ਅੱਜ ਤਾਂ ਚਲੋ ਸ਼ਰਧਾਂਜਲੀ ਹੈ। ਜਿਹੜੇ ਲੋਕ ਮੁੱਦੇ ਨੇ ਅੱਜ ਪੰਜਾਬ ਦੇ ਅੰਦਰ, ਲਾਅ ਐਂਡ ਆਰਡਰ ਕਿੱਥੇ ਹੈ? ਪੰਜਾਬ ਦੇ ਅੰਦਰ ਗੈਂਗਸਟਰਾਂ ਦੀਆਂ ਸਰਕਾਰ ਜਿਹੜੀ ਹੈ ਉਹ ਜੇਲ੍ਹਾਂ ਦੇ ਅੰਦਰ ਇੰਟਰਵਿਊਆਂ ਕਰਵਾ ਰਹੀ ਹੈ। ਔਰ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜੇ ਇਹਨਾਂ ਨੂੰ ਇੰਨਾ ਖਤਰਾ ਹੈ ਤਾਂ ਮੁਰਗੀ ਖਾਨੇ ਖੋਲਣ। ਅੱਜ ਭਗਵੰਤ ਮਾਨ ਨੂੰ ਬੁਲਟ ਪਰੂਫ ਸ਼ੀਸ਼ਿਆਂ ਦੇ ਅੰਦਰ ਖੜ ਕੇ ਭਾਸ਼ਣ ਫਿਰ ਕਿਉਂ ਦੇਣਾ ਪੈ ਰਿਹਾ? ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ, ਹਸਪਤਾਲਾਂ ਦੇ ਐਜੂਕੇਸ਼ਨ ਦਾ ਸਿਸਟਮ ਤਬਾਹ ਹੋ ਚੁੱਕਾ ਹੈ। ਅੱਜ ਜਿਹੜਾ ਪੰਜਾਬ ਦੇ ਅੰਦਰ ਲੋਕ ਨੇ ਉਹ ਦੁਖੀ ਨੇ, ਇਸ ਕਰਕੇ ਭਗਵੰਤ ਮਾਨ ਨੂੰ ਪੁੱਛਾਂਗੇ। ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਭਗਵੰਤ ਮਾਨ ਦੱਸੇ ਕਿ ਕਿਹੜੇ ਜ਼ਿਲ੍ਹੇ ਨੂੰ 5,000 ਤੱਕ ਜਾਂ 10,000 ਰੁਪਇਆ ਤੱਕ ਵੀ ਇਹਨੇ ਦਿੱਤਾ, ਕਿ 5 ਪੈਸੇ ਤਾਂ ਦਿੱਤੇ ਨਹੀਂ। ਸਰਕਾਰ ਦਾਵਾ ਕਰਦੀ ਹੈ ਕਿ ਦੇਖੋ 1,000 ਨੌਕਰੀਆਂ ਦੇ ਦਿੱਤੀਆਂ, ਉਹ ਕਹਿੰਦੇ ਨੇ ਕਿ ਨਵੀਂ ਨਹਿਰ ਦੀ ਵੀ ਤਿਆਰੀ ਹੈ, ਉਹ ਕਹਿੰਦੇ ਨੇ ਕਿ ਲੋਕਾਂ ਦੇ ਲਈ ਕੰਮ ਹੋ ਰਿਹਾ, ਉਹ ਕਹਿੰਦੇ ਪਹਿਲੀ ਵਾਰੀ ਹੋ ਰਿਹਾ। ਇਹ ਸਿਰਫ ਧਿਆਨ ਭਟਕਾਉਣ ਦੇ ਲਈ ਹੈ। ਭਗਵੰਤ ਮਾਨ ਜੀ ਨੂੰ ਪਿਛਲੇ ਸੈਸ਼ਨ ਚ ਪੁੱਛਿਆ ਸੀ ਵੀ ਨੌਕਰੀਆਂ ਦੀ ਲਿਸਟ ਤਾਂ ਜਾਰੀ ਕਰੋ, ਤੁਸੀਂ ਤਨਖਾਹ ਦਾ 15,000 ਦੇ ਰਹੇ ਹੋ, ਪੈਨਸ਼ਨਾਂ ਦਾ ਪੈਸਾ ਫਿਰ ਉਹਦੇ ਪਿਤਾ ਜੀ ਜਿਸ ਤਰੀਕੇ ਦੇ ਨਾਲ ਰਿਟਾਇਰ ਹੋਏ ਸੀ ਨਾ, ਉਸ ਤਰੀਕੇ ਦੀਆਂ ਨੌਕਰੀਆਂ ਦੇਣ ਲੋਕਾਂ ਨੂੰ, ਤਾਂ ਪਤਾ ਲੱਗੇਗਾ ਕਿ ਇਹ ਨੌਕਰੀਆਂ ਮਿਲੀਆਂ ਨੇ। ਲੋਕ ਮੁੱਦੇ ਲੈ ਕੇ ਆਏ ਆ। ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਅੰਦਰ ਫੇਲ ਹੋ ਚੁੱਕੀ, ਅੱਜ ਪੁੱਛਾਂਗੇ, ਅੱਜ ਤਾਂ ਚਲੋ ਸ਼ਰਧਾਂਜਲੀ ਹੈ। ਜਿਹੜੇ ਲੋਕ ਮੁੱਦੇ ਨੇ ਅੱਜ ਪੰਜਾਬ ਦੇ ਅੰਦਰ, ਲਾਅ ਐਂਡ ਆਰਡਰ ਕਿੱਥੇ ਹੈ? ਪੰਜਾਬ ਦੇ ਅੰਦਰ ਗੈਂਗਸਟਰਾਂ ਦੀਆਂ ਸਰਕਾਰ ਜਿਹੜੀ ਹੈ ਉਹ ਜੇਲ੍ਹਾਂ ਦੇ ਅੰਦਰ ਇੰਟਰਵਿਊਆਂ ਕਰਵਾ ਰਹੀ ਹੈ। ਔਰ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜੇ ਇਹਨਾਂ ਨੂੰ ਇੰਨਾ ਖਤਰਾ ਹੈ ਤਾਂ ਮੁਰਗੀ ਖਾਨੇ ਖੋਲਣ। ਅੱਜ ਭਗਵੰਤ ਮਾਨ ਨੂੰ ਬੁਲਟ ਪਰੂਫ ਸ਼ੀਸ਼ਿਆਂ ਦੇ ਅੰਦਰ ਖੜ ਕੇ ਭਾਸ਼ਣ ਫਿਰ ਕਿਉਂ ਦੇਣਾ ਪੈ ਰਿਹਾ? ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ, ਹਸਪਤਾਲਾਂ ਦੇ ਐਜੂਕੇਸ਼ਨ ਦਾ ਸਿਸਟਮ ਤਬਾਹ ਹੋ ਚੁੱਕਾ ਹੈ। ਅੱਜ ਜਿਹੜਾ ਪੰਜਾਬ ਦੇ ਅੰਦਰ ਲੋਕ ਨੇ ਉਹ ਦੁਖੀ ਨੇ, ਇਸ ਕਰਕੇ ਭਗਵੰਤ ਮਾਨ ਨੂੰ ਪੁੱਛਾਂਗੇ। ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਭਗਵੰਤ ਮਾਨ ਦੱਸੇ ਕਿ ਕਿਹੜੇ ਜ਼ਿਲ੍ਹੇ ਨੂੰ 5,000 ਤੱਕ ਜਾਂ 10,000 ਰੁਪਇਆ ਤੱਕ ਵੀ ਇਹਨੇ ਦਿੱਤਾ, ਕਿ 5 ਪੈਸੇ ਤਾਂ ਦਿੱਤੇ ਨਹੀਂ। ਸਰਕਾਰ ਦਾਵਾ ਕਰਦੀ ਹੈ ਕਿ ਦੇਖੋ 1,000 ਨੌਕਰੀਆਂ ਦੇ ਦਿੱਤੀਆਂ, ਉਹ ਕਹਿੰਦੇ ਨੇ ਕਿ ਨਵੀਂ ਨਹਿਰ ਦੀ ਵੀ ਤਿਆਰੀ ਹੈ, ਉਹ ਕਹਿੰਦੇ ਨੇ ਕਿ ਲੋਕਾਂ ਦੇ ਲਈ ਕੰਮ ਹੋ ਰਿਹਾ, ਉਹ ਕਹਿੰਦੇ ਪਹਿਲੀ ਵਾਰੀ ਹੋ ਰਿਹਾ। ਇਹ ਸਿਰਫ ਧਿਆਨ ਭਟਕਾਉਣ ਦੇ ਲਈ ਹੈ। ਭਗਵੰਤ ਮਾਨ ਜੀ ਨੂੰ ਪਿਛਲੇ ਸੈਸ਼ਨ ਚ ਪੁੱਛਿਆ ਸੀ ਵੀ ਨੌਕਰੀਆਂ ਦੀ ਲਿਸਟ ਤਾਂ ਜਾਰੀ ਕਰੋ, ਤੁਸੀਂ ਤਨਖਾਹ ਦਾ 15,000 ਦੇ ਰਹੇ ਹੋ, ਪੈਨਸ਼ਨਾਂ ਦਾ ਪੈਸਾ ਫਿਰ ਉਹਦੇ ਪਿਤਾ ਜੀ ਜਿਸ ਤਰੀਕੇ ਦੇ ਨਾਲ ਰਿਟਾਇਰ ਹੋਏ ਸੀ ਨਾ, ਉਸ ਤਰੀਕੇ ਦੀਆਂ ਨੌਕਰੀਆਂ ਦੇਣ ਲੋਕਾਂ ਨੂੰ, ਤਾਂ ਪਤਾ ਲੱਗੇਗਾ ਕਿ ਇਹ ਨੌਕਰੀਆਂ ਮਿਲੀਆਂ ਨੇ। ਲੋਕ ਮੁੱਦੇ ਲੈ ਕੇ ਆਏ ਆ। ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਅੰਦਰ ਫੇਲ ਹੋ ਚੁੱਕੀ, ਅੱਜ ਪੁੱਛਾਂਗੇ, ਅੱਜ ਤਾਂ ਚਲੋ ਸ਼ਰਧਾਂਜਲੀ ਹੈ। ਜਿਹੜੇ ਲੋਕ ਮੁੱਦੇ ਨੇ ਅੱਜ ਪੰਜਾਬ ਦੇ ਅੰਦਰ, ਲਾਅ ਐਂਡ ਆਰਡਰ ਕਿੱਥੇ ਹੈ? ਪੰਜਾਬ ਦੇ ਅੰਦਰ ਗੈਂਗਸਟਰਾਂ ਦੀਆਂ ਸਰਕਾਰ ਜਿਹੜੀ ਹੈ ਉਹ ਜੇਲ੍ਹਾਂ ਦੇ ਅੰਦਰ ਇੰਟਰਵਿਊਆਂ ਕਰਵਾ ਰਹੀ ਹੈ।
ਔਰ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜੇ ਇਹਨਾਂ ਨੂੰ ਇੰਨਾ ਖਤਰਾ ਹੈ ਤੇ ਮੁਰਗੀ ਖਾਨੇ ਖੋਲਣ। ਅੱਜ ਭਗਵੰਤ ਮਾਨ ਨੂੰ ਬੁਲਟ ਪਰੂਫ ਸ਼ੀਸ਼ਿਆਂ ਦੇ ਅੰਦਰ ਖੜ ਕੇ ਭਾਸ਼ਣ ਫਿਰ ਕਿਉਂ ਦੇਣਾ ਪੈ ਰਿਹਾ? ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ, ਹਸਪਤਾਲਾਂ ਦੇ ਐਜੂਕੇਸ਼ਨ ਦਾ ਸਿਸਟਮ ਤਬਾਹ ਹੋ ਚੁੱਕਾ। ਅੱਜ ਜਿਹੜਾ ਪੰਜਾਬ ਦੇ ਅੰਦਰ ਲੋਕ ਨੇ ਉਹ ਦੁਖੀ ਨੇ, ਇਸ ਕਰਕੇ ਭਗਵੰਤ ਮਾਨ ਨੂੰ ਪੁੱਛਾਂਗੇ। ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਭਗਵੰਤ ਮਾਨ ਦੱਸੇ ਕਿ ਕਿਹੜੇ ਜ਼ਿਲ੍ਹੇ ਨੂੰ 5,000 ਤੱਕ ਜਾਂ 10,000 ਰੁਪਇਆ ਤੱਕ ਵੀ ਇਹਨੇ ਦਿੱਤਾ, ਕੋਈ 5 ਪੈਸੇ ਤਾਂ ਦਿੱਤੇ ਨਹੀਂ। ਸਰਕਾਰ ਦਾਵਾ ਕਰਦੀ ਹੈ ਕਿ ਦੇਖੋ 1,000 ਨੌਕਰੀਆਂ ਦੇ ਦਿੱਤੀਆਂ, ਉਹ ਕਹਿੰਦੇ ਨੇ ਕਿ ਨਵੀਂ ਨਹਿਰ ਦੀ ਵੀ ਤਿਆਰੀ ਹੈ, ਉਹ ਕਹਿੰਦੇ ਨੇ ਕਿ ਲੋਕਾਂ ਦੇ ਲਈ ਕੰਮ ਹੋ ਰਿਹਾ, ਉਹ ਕਹਿੰਦੇ ਪਹਿਲੀ ਵਾਰੀ ਹੋ ਰਿਹਾ। ਇਹ ਸਿਰਫ ਧਿਆਨ ਭਟਕਾਉਣ ਦੇ ਲਈ ਹੈ। ਭਗਵੰਤ ਮਾਨ ਜੀ ਨੂੰ ਪਿਛਲੇ ਸੈਸ਼ਨ 'ਚ ਪੁੱਛਿਆ ਸੀ ਵੀ ਨੌਕਰੀਆਂ ਦੀ ਲਿਸਟ ਤਾਂ ਜਾਰੀ ਕਰੋ, ਤੁਸੀਂ ਤਨਖਾਹ ਦਾ 15,000 ਦੇ ਰਹੇ ਹੋ, ਪੈਨਸ਼ਨਾਂ ਦਾ ਪੈਸਾ ਫਿਰ ਉਹਦੇ ਪਿਤਾ ਜੀ ਜਿਸ ਤਰੀਕੇ ਦੇ ਨਾਲ ਰਿਟਾਇਰ ਹੋਏ ਸੀ ਨਾ, ਉਸ ਤਰੀਕੇ ਦੀਆਂ ਨੌਕਰੀਆਂ ਦੇਣ ਲੋਕਾਂ ਨੂੰ, ਤਾਂ ਪਤਾ ਲੱਗੇਗਾ ਕਿ ਇਹ ਨੌਕਰੀਆਂ ਮਿਲੀਆਂ ਨੇ। ਲੋਕ ਮੁੱਦੇ ਲੈ ਕੇ ਆਏ ਹੈ, ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਅੰਦਰ ਫੇਲ ਹੋ ਚੁੱਕੀ ਹੈ। ਅੱਜ ਪੁੱਛਾਂਗੇ, ਅੱਜ ਤਾਂ ਚਲੋ ਸ਼ਰਧਾਂਜਲੀ ਹੈ। ਜਿਹੜੇ ਲੋਕ ਮੁੱਦੇ ਨੇ, ਅੱਜ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਕਿੱਥੇ ਹੈ? ਪੰਜਾਬ ਦੇ ਅੰਦਰ ਗੈਂਗਸਟਰਾਂ ਦੀਆਂ ਸਰਕਾਰ ਜਿਹੜੀ ਹੈ ਉਹ ਜੇਲ੍ਹਾਂ ਦੇ ਅੰਦਰ ਇੰਟਰਵਿਊਆਂ ਕਰਵਾ ਰਹੀ ਹੈ। ਔਰ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜੇ ਇਹਨਾਂ ਨੂੰ ਇੰਨਾ ਖਤਰਾ ਹੈ ਤੇ ਮੁਰਗੀ ਖਾਨੇ ਖੋਲਣ। ਅੱਜ ਭਗਵੰਤ ਮਾਨ ਨੂੰ ਬੁਲਟ ਪਰੂਫ ਸ਼ੀਸ਼ਿਆਂ ਦੇ ਅੰਦਰ ਖੜ ਕੇ ਭਾਸ਼ਣ ਫਿਰ ਕਿਉਂ ਦੇਣਾ ਪੈ ਰਿਹਾ? ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ, ਹਸਪਤਾਲਾਂ ਦੇ ਐਜੂਕੇਸ਼ਨ ਦਾ ਸਿਸਟਮ ਤਬਾਹ ਹੋ ਚੁੱਕਾ। ਅੱਜ ਜਿਹੜਾ ਪੰਜਾਬ ਦੇ ਅੰਦਰ ਲੋਕ ਨੇ ਉਹ ਦੁਖੀ ਨੇ, ਇਸ ਕਰਕੇ ਭਗਵੰਤ ਮਾਨ ਨੂੰ ਪੁੱਛਾਂਗੇ। ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਭਗਵੰਤ ਮਾਨ ਦੱਸੇ ਕਿ ਕਿਹੜੇ ਜ਼ਿਲ੍ਹੇ ਨੂੰ 5,000 ਤੱਕ ਜਾਂ 10,000 ਰੁਪਇਆ ਤੱਕ ਵੀ ਇਹਨੇ ਦਿੱਤਾ, ਕੋਈ 5 ਪੈਸੇ ਤਾਂ ਦਿੱਤੇ ਨਹੀਂ। ਸਰਕਾਰ ਦਾਵਾ ਕਰਦੀ ਹੈ ਕਿ ਦੇਖੋ 1,000 ਨੌਕਰੀਆਂ ਦੇ ਦਿੱਤੀਆਂ, ਉਹ ਕਹਿੰਦੇ ਨੇ ਕਿ ਨਵੀਂ ਨਹਿਰ ਦੀ ਵੀ ਤਿਆਰੀ ਹੈ, ਉਹ ਕਹਿੰਦੇ ਨੇ ਕਿ ਲੋਕਾਂ ਦੇ ਲਈ ਕੰਮ ਹੋ ਰਿਹਾ, ਉਹ ਕਹਿੰਦੇ ਪਹਿਲੀ ਵਾਰੀ ਹੋ ਰਿਹਾ। ਇਹ ਸਿਰਫ ਧਿਆਨ ਭਟਕਾਉਣ ਦੇ ਲਈ ਹੈ। ਭਗਵੰਤ ਮਾਨ ਜੀ ਨੂੰ ਪਿਛਲੇ ਸੈਸ਼ਨ 'ਚ ਪੁੱਛਿਆ ਸੀ ਵੀ ਨੌਕਰੀਆਂ ਦੀ ਲਿਸਟ ਤਾਂ ਜਾਰੀ ਕਰੋ, ਤੁਸੀਂ ਤਨਖਾਹ ਦਾ 15,000 ਦੇ ਰਹੇ ਹੋ, ਪੈਨਸ਼ਨਾਂ ਦਾ ਪੈਸਾ ਫਿਰ ਉਹਦੇ ਪਿਤਾ ਜੀ ਜਿਸ ਤਰੀਕੇ ਦੇ ਨਾਲ ਰਿਟਾਇਰ ਹੋਏ ਸੀ ਨਾ, ਉਸ ਤਰੀਕੇ ਦੀਆਂ ਨੌਕਰੀਆਂ ਦੇਣ ਲੋਕਾਂ ਨੂੰ, ਤਾਂ ਪਤਾ ਲੱਗੇਗਾ ਕਿ ਇਹ ਨੌਕਰੀਆਂ ਮਿਲੀਆਂ ਨੇ।